ਹੋਰ ਕਿਦਨ ਕੀ ਹਾਲ ਆ ਹਾਂ ਫਿਰ ਬਣੀ ਕੋਈ ਸਲਾਹ ਉਹ ਹਾਂ ਹਾਂ ਸਲਾਹ ਤੇ ਹੋ ਗਈ ਆ ਤੈਨੂੰ ਤੈਨੂੰ ਯਾਰ ਫੋਨ ਲਾਇਆ ਵਾ ਯਾਰ ਮੇਰੀ ਗੱਲ ਸੁਣ ਮੇਰੇ ਬੈਂਡ ਆ ਜਾਣਗੇ ਨਾ ਕਿਤੇ ਮੈਂ ਫਸ ਨਾ ਜਾਊਂਗਾ ਯਾਰ ਆਹੀ ਤਾਂ ਪੁੱਤ ਗੱਲ ਆ ਰੱਬ ਹੀ ਨਹੀਂ ਤੇਰੇ ਨਾਲ ਹੈਗਾ ਤਾਂ ਹੀ ਤਾਂ ਸਾਡੀਆਂ ਗੱਲਾਂ 'ਚ ਆ ਗਏ ਆ ਅੱਛਾ ਅੱਛਾ ਠੀਕ ਹੈ ਮੁੱਲ ਲੈਣੇ ਆ ਬੈਂਡ ਦੀ ਜਿੰਨੇ ਵੀ ਪੈਸੇ ਮੈਂ ਸਾਰੇ ਰੱਖਣੇ ਹਾਂ ਕੋਈ ਗੱਲ ਨਹੀਂ ਸਾਰੇ ਪੈਸੇ ਰੱਖ ਪਰ ਇਹਦਾ ਕੰਮ ਨਹੀਂ ਬਣਨਾ ਚਾਹੀਦਾ ਬਾਹਰ ਨਹੀਂ ਜਾਣਾ ਚਾਹੀਦਾ ਚਲੋ ਠੀਕ ਆ ਸਰ ਪਰ ਕੰਮ ਤਾਂ ਪੱਕਾ ਹੋਊਗਾ ਨਾ ਬੈਂਡ ਤਾਂ ਪੱਕੇ ਮਿਲ ਜਾਣਗੇ ਨਾ ਉਹ ਬੈਂਡ ਤੇਰੇ ਪੱਕੇ ਆ ਉਹਨੂੰ ਟੈਨਸ਼ਨ ਲੈ ਤੂੰ ਪੈਸੇ ਲਿਆ ਤਾਂ ਤੈਨੂੰ ਬੈਂਡ ਮਿਲ ਜਾਣਗੇ ਯਾਰ ਪੱਕੀ ਗੱਲ ਆ ਨਾ ਮੇਰੀ ਗੱਲ ਬਣ ਜਾਊਗੀ ਨਾ ਯਾਰ ਪੱਕੀ ਗੱਲ ਆ ਹੋਰ ਮੈਂ ਤੈਨੂੰ ਥੋੜਾ ਇੱਥੇ ਐਵੇਂ ਲੈ ਕੇ ਆਵਾਂ ਹਾਂ ਚੱਲ ਠੀਕ ਆ ਫਿਰ ਯਾਰ ਘਰ ਜਾ ਕੇ ਨਾ ਸਲਾਹ ਕਰਦੇ ਆ ਨਾਲੇ ਮੰਮਾ ਤੇ ਵੈਸੇ ਵੀ ਕਹਿਣ ਰਹੀ ਵੀ ਆਪਾਂ ਪੈਲੀ ਵੇਚ ਦਿੰਦੇ ਆ ਤੇ ਤੈਨੂੰ ਬਾਹਰ ਕੱਢ ਦੂੰਗਾ ਮੰਮਾ ਪਾਣੀ ਦਾ ਗਲਾਸ ਲੈ ਆਓ ਮੈਂ ਆ ਗਿਆ ਰੇ ਹਾਂ ਪੁੱਤ ਲਿਓ ਨਹੀਂ ਪਾਣੀ ਬਹਿ ਜਾ ਤੂੰ ਇੱਥੇ ਹਲ ਪੁੱਤ ਪਾਣੀ ਲਓ ਤੇ ਕੀ ਬਣਿਆ ਤੇਰਾ ਫਿਰ ਕੀ ਆਂਦਾ ਏਜੰਟ ਉਹ ਮੰਮੀ ਏਜੰਟ ਨੇ ਕਹਿਣਾ ਵਾ ਕੰਮ ਤੇ ਮੰਮਾ ਬਣ ਜੂਗਾ ਪਰ ਉਹ ਕਹਿੰਦਾ ਪੈਸੇ ਬੜੇ ਲੱਗਣੇ ਆ ਕਿੰਨੇ ਕੁ ਪੁੱਤ ਪੈਸੇ ਲੱਗਣਗੇ ਇਹ ਤੇ ਦੱਸ ਉਹ ਮੰਮਾ ਕਹਿੰਦਾ 7 ਲੱਖ ਤੇ ਬੈਂਡਾਂ ਦਾ ਲੱਗ ਜਾਣਾ ਵਾ ਤੇ ਬਾਕੀ ਫਾਈਲ ਦੇ ਵੱਖਰੇ ਲੱਗਣੇ ਆ 7 ਲੱਖ ਤੇ ਪੁੱਤ ਬਹੁਤ ਜ਼ਿਆਦਾ ਪੈਸੇ ਆ ਪਰ ਮੰਮਾ ਬੈਂਡ ਤਾਂ ਲੈਣੀ ਪੈਣੀ ਆ ਨਾ ਆਪਾਂ ਨੂੰ ਹੁਣ ਪੁੱਤ ਇਹ ਗੱਲ ਤਾਂ ਮੈਂ ਤੇਰੀ ਸਮਝਦੀ ਆ ਪਰ ਆਪਾਂ ਇੰਨੇ ਪੈਸੇ ਲਿਆਵਾਂਗੇ ਕਿੱਥੋਂ ਉਹ ਕੋਈ ਨਾ ਮੰਮਾ ਤੁਸੀਂ ਫਿਕਰ ਨਾ ਕਰੋ ਪੈਸਿਆਂ ਦਾ ਹਾਲ ਤਾਂ ਆਪਾਂ ਨੂੰ ਕਿਤੇ ਨਾ ਕਿਤੇ ਕਰਨਾ ਹੀ ਪੈਣਾ ਵਾ ਜੇ ਬਹੁਤੀ ਗੱਲ ਆ ਨਾ ਤੇ ਕਿਤੋਂ ਵਿਆਜੀ ਚੁੱਕ ਲੈਨੇ ਆ ਕੈਨੇਡਾ ਤੇ ਜਾਣਾ ਹੀ ਜਾਣਾ ਵਾ ਚੱਲ ਪੁੱਤ ਫਿਰ ਜਿਹੜਾ ਸੋਨਾ ਸਾਂਭ ਕੇ ਰੱਖਿਆ ਨਾ ਤੇਰੇ ਵਿਆਹ ਵਾਸਤੇ ਮੈਂ ਉਹ ਫਿਰ ਆਪਾਂ ਵੇਚ ਦਿੰਨੇ ਹੋਰ ਕੀ ਕਰਨਾ ਹਾਂ ਹਾਂ ਮਾਂ ਕੰਮ ਠੀਕ ਆ ਤੇ ਬਾਕੀ ਜਿੰਨੇ ਸਾਡੇ ਕੋਲ ਪੈਸੇ ਥੋੜਨਗੇ ਨਾ ਉਹ ਆਪਾਂ ਵਿਆਜੀ ਚੁੱਕ ਲਾਂਗੇ ਇਹ ਵੀ ਗੱਲ ਪੁੱਤ ਤੇਰੀ ਸਹੀ ਆ ਪਰ ਆਪਾਂ ਨੂੰ ਪੈਸੇ ਵਿਆਜੀ ਦੇਊਗਾ ਕੌਣ ਉਹ ਕੋਈ ਨਾ ਮੰਮਾ ਤੁਸੀਂ ਇਹ ਗੱਲ ਦੀ ਫਿਕਰ ਨਾ ਕਰੋ ਬਥੇਰੇ ਲੋਕ ਬੈਠੇ ਆ ਵਿਆਜੀ ਪੈਸੇ ਚੜਨ ਚੱਲ ਠੀਕ ਹੈ ਪੁੱਤ ਥੋੜੇ ਬਹੁਤੇ ਪੈਸੇ ਆਪਾਂ ਤਜਿੰਦਰ ਕੋ ਫੜ ਲਾਂਗੇ ਉਹਨੂੰ ਦੇ ਦਾਂਗੇ ਜਦੋਂ ਤੂੰ ਬਾਹਰ ਚੱਲ ਜਾਏਗਾ ਕਿ ਆਪਾਂ ਸੈੱਟ ਹੋ ਜਾਏਗਾ ਤੇ ਉਹ ਨਾ ਨਾ ਮੰਮਾ ਐਵੇਂ ਉਹਨਾਂ ਕੋਲ ਪੈਸੇ ਨਾ ਮੰਗਿਓ ਨਾਲੇ ਤੁਹਾਨੂੰ ਤਾਂ ਪਤਾ ਤਾਂ ਹੈਗਾ ਵਾ ਜੇ ਉਹਨੂੰ ਪਤਾ ਲੱਗ ਗਿਆ ਨਾ ਵੀ ਅਸੀਂ ਮੁੱਲ ਲੱਗੀਆਂ ਬੈਂਡ ਲੈਣ ਉਹਨੇ ਵਿੱਚ ਹੀ ਅਰਚਨ ਪਾ ਦੇਣੀ ਆ ਤੁਹਾਨੂੰ ਪਤਾ ਤਾਂ ਹੈਗਾ ਉਹਦੇ ਸੁਭਾਅ ਦਾ ਉਹ ਤਾਂ ਚੰਗੀ ਤਰ੍ਹਾਂ ਪਤਾ ਤੇ ਕਰਕੇ ਆਇਆ ਨਾ ਮੁੱਲ ਬੈਂਡ ਮਿਲ ਤੇ ਜਾਂਦੇ ਆ ਨਾ ਉਹ ਆਹੋ ਮੰਮਾ ਮੈਂ ਉਹਦੇ ਕੋਲ ਚੰਗੀ ਤਰ੍ਹਾਂ ਸਮਝ ਕੇ ਆਇਆ ਵਾਂ ਨਾਲੇ ਉਹਨੇ ਮੈਨੂੰ ਇੱਕ ਗੱਲ ਨਾ ਚੰਗੀ ਤਰ੍ਹਾਂ ਸਮਝਾਈ ਆ ਵੀ ਕਿੱਦਾਂ ਕਿੱਦਾਂ ਸਾਰਾ ਪ੍ਰੋਸੈਸ ਚੱਲਣਾ ਵਾ ਤੁਸੀਂ ਟੈਨਸ਼ਨ ਨਾ ਲਓ ਚਾ ਠੀਕ ਹੈ ਪੁੱਤ ਫਿਰ ਮੈਂ ਸੋਨਾ ਕੱਢ ਲੈਣੀ ਤੇ ਆਪਾਂ ਦੋਵੇਂ ਜਾਣੇ ਸੁਨਿਆਰੇ ਨੂੰ ਵੇਚ ਆਉਣੇ ਜਾ ਕੇ ਚਲੋ ਫਿਰ ਮੰਮਾ ਐਵੇਂ ਟਾਈਮ ਨਾ ਬਰਬਾਦ ਕਰੋ ਆਪਾਂ ਨਾਲੇ ਕੱਲ ਨੂੰ ਨਾ ਏਜੰਟ ਨੂੰ ਪੈਸੇ ਜਮ੍ਹਾਂ ਕਰਾ ਦੇਣੇ ਆ ਜਿੰਨੀ ਛੇਤੀ ਕਰਾਂਗੇ ਨਾ ਉਨੀ ਛੇਤੀ ਸਾਡਾ ਕੰਮ ਬਣੂਗਾ ਕੈਨੇਡਾ ਦਾ ਚਲ ਠੀਕ ਹੈ ਪੁੱਤ ਮੈਂ ਕੱਢ ਕੇ ਲਿਆਉਣੀ ਸੋਨਾ ਫਿਰ ਹਾਂ ਹਾਂ ਛੇਤੀ ਕਰੋ ਚਲ ਉੱਠ ਪੁੱਤ ਮੇਰੇ ਚੱਲੀਏ ਮੰਮਾ ਆਹ ਤੁਸੀਂ ਮੈਨੂੰ ਫੜਾ ਦਿਓ ਮੈਂ ਇਹਨਾਂ ਵਿੱਚ ਹੀ ਪੜ ਲੈਣਾ ਵਾ ਨਾਲੇ ਤੁਸੀਂ ਨਾ ਇੱਥੇ ਰਹੋ ਮੈਂ ਇਕੱਲਾ ਹੀ ਹੋ ਆਉਂਦਾ ਉੱਥੋਂ ਨਹੀਂ ਨਹੀਂ ਪੁੱਤ ਉਹਨੇ ਤੈਨੂੰ ਨਿਆਣਾ ਵੇਖ ਕੇ ਤਰੇੜ ਨਹੀਂ ਸਹੀ ਲਾਉਣਾ ਹੈਗਾ ਉਹ ਮੰਮਾ ਮੈਂ ਇਹਨਾਂ ਵੀ ਕਮਲਾ ਨਹੀਂ ਹੈਗਾ ਮੈਂ ਆਪੇ ਸਾਰਾ ਕੁਝ ਕਰ ਲੈਣਾ ਤੁਸੀਂ ਟੈਨਸ਼ਨ ਨਾ ਲਓ ਚੰਗਾ ਪੁੱਤ ਫਿਰ ਧਿਆਨ ਨਾਲ ਜਾਈ ਜੇ ਤੂੰ ਇੰਨੀ ਜਿੱਦ ਕਰਨ ਦਿਆ ਮੈਂ ਇਕੱਲਾ ਚੱਲ ਜਾਂਦਾ ਵਾਂ ਤੇ ਐਵੇਂ ਨਾ ਕਿਸੇ ਕੋ ਖਵਾ ਕੇ ਆ ਨਹੀਂ ਕੁਝ ਉਹ ਮੰਮਾ ਤੁਸੀਂ ਕਾਹਦੇ ਲਈ ਇੰਨੀ ਫਿਕਰ ਕਰਦੇ ਹੁੰਦੇ ਜੀ ਨਾਲੇ ਜੇ ਕੈਨੇਡਾ ਗਿਆ ਉਦੋਂ ਵੀ ਤਾਂ ਫਿਰ ਮੈਂ ਇਕੱਲੇ ਨਹੀਂ ਜਾਣਾ ਵਾਂ ਉਦੋਂ ਤੁਸੀਂ ਮੇਰੇ ਨਾਲ ਥੋੜੀ ਬਹਿ ਕੇ ਚੱਲ ਜਾਣਾ ਵਾਂ ਮੈਂ ਆਪੇ ਸਾਰਾ ਕੁਝ ਕਰ ਲੂੰ ਟੈਨਸ਼ਨ ਨਾ ਲਓ ਚਲ ਠੀਕ ਹੈ ਪੁੱਤ ਤੁਸੀਂ ਆਣਾ ਨਾ ਬਹੁਤਾ ਬਣਿਆ ਕਰ ਧਿਆਨ ਨਾਲ ਜਾਵੀਂ ਫਿਰ ਠੀਕ ਹੈ ਓਕੇ ਮੰਮਾ ਇੱਥੇ ਬਹੁਤ ਤੁਹਾਨੂੰ ਮੈਂ ਗੱਲ ਦੱਸਾਂ ਸੁੱਖ ਆਪਣੇ ਜਾਲ 'ਚ ਫਸ ਗਿਆ ਵਾ ਪੱਕੀ ਗੱਲ ਆ ਕਿਤੇ ਤਿੰਨ ਤਿੰਨ ਸ਼ਤਾਈ ਬਣਾਉਂਦਾ ਮੰਮਾ ਉਹ ਇੰਨਾ ਤੇਜ਼ ਹੈ ਨਹੀਂ ਹੈ ਜਿੰਨਾ ਤੁਸੀਂ ਸਮਝਦੇ ਜੇ ਉਹਦੇ ਮਿੰਟ 'ਚ ਸਾਡੀਆਂ ਗੱਲਾਂ 'ਚ ਆ ਗਿਆ ਹਰ ਗੱਲ ਦਾ ਧਿਆਨ ਰੱਖੀ ਕਿਤੇ ਆਪਾਂ ਨਾ ਫਸ ਜਾਈਏ ਮੈਨੂੰ ਤਾਂ ਬੜੀ ਟੈਨਸ਼ਨ ਲੱਗੀ ਮੰਮਾ ਫਸਣਾ ਆਪਾਂ ਥੋੜ੍ਹਾ ਵਾ ਫਸਣਾ ਤਾਂ ਸੁੱਖਣੇ ਆ ਆਪਾਂ ਜਦੋਂ ਮਰਜ਼ੀ ਸਾਈਡ 'ਤੇ ਹੋ ਸਕਦੇ ਹਾਂ ਚੱਲ ਇਹ ਤਾਂ ਗੱਲ ਠੀਕ ਆ ਤਾਂ ਅੱਗੇ ਦਾ ਪਲਾਨ ਕੀ ਹੁਣ ਤੇਰਾ ਅੱਗੇ ਦਾ ਪਲਾਨ ਮੰਮਾ ਤੁਹਾਨੂੰ ਪਤਾ ਤਾਂ ਹੈਗਾ ਕੀ ਹੈ ਮੈਂ ਸਿੱਧੀ ਤਰ੍ਹਾਂ ਗੱਲ ਕਰ ਮੈਂ ਕਿਹੜਾ ਤੇਰੇ ਦਿਮਾਗ 'ਚ ਵੜ ਕੇ ਵੇਖਿਆ ਕੀ ਤੇਰੇ ਦਿਮਾਗ 'ਚ ਚੱਲਦਾ ਤੇ ਕੀ ਨਹੀਂ ਮੰਮਾ ਮੇਰੇ ਏਜੰਟ ਨਾਲ ਗੱਲ ਹੋਈ ਆ ਉਹ ਆਂਦਾ ਸਾਰੇ ਪੈਸੇ ਮੈਂ ਆਪ ਰੱਖਣੇ ਆ ਪਰ ਮੈਂ ਸੁੱਖ ਨੂੰ ਬਾਹਰ ਨਹੀਂ ਜਾਣ ਦਿੰਦਾ ਤੇ ਜਦੋਂ ਉਹਦੇ ਸਿਰ ਕਰਜ਼ਾ ਚੜ ਗਿਆ ਨਾ ਉਹਨੇ ਆਪਣੀ ਜ਼ਮੀਨ ਸਾਰੀ ਕਹਿਣੇ ਧਰ ਦੇਣੀ ਆ ਤੇ ਫਿਰ ਆਪਾਂ ਉਹਦੀ ਜ਼ਮੀਨ ਲੈ ਲਾਂਗੇ ਕਿਉਂਕਿ ਸਾਡੀ ਵੱਟ ਨਾਲ ਵੱਟ ਸਾਂਝੀ ਆ
ਵੱਡੇ ਵੱਡੇ ਸੁਪਨੇ ਨਾ ਲੈ ਕਿਤੇ ਉਹ ਨਾ ਕੱਲ ਨੂੰ ਅਸੀਂ ਪੁਲਿਸ ਦੇ ਚੱਕਰਾਂ 'ਚ ਫਸ ਜਾਈਏ ਮੰਮਾ ਆਪਾਂ ਕਿੱਥੇ ਫਸਣਾ ਵਾ ਫਸਣਾ ਤਾਂ ਸੁੱਖਣੇ ਆ ਸਾਰੇ ਡਾਕੂਮੈਂਟ ਤਾਂ ਉਹਦੇ ਲੱਗਣੇ ਆ ਨਾਲ ਸੁੱਖਣਾ ਤਾਂ ਉਹੀ ਗੱਲ ਹੋਣੀ ਆ ਧੋਪੀ ਦਾ ਕੁੱਤਾ ਨਾ ਘੜਦਾ ਤੇ ਨਾ ਘੜਦਾ ਵੀ ਚੱਲ ਚਾਹ ਪਾਣੀ ਪੀਏ ਪਹਿਲਾਂ ਫਿਰ ਸੋਚਣੇ ਕੀ ਕਰਨਾ ਵਾ ਮੰਮਾ ਚਾਹ ਛੱਡੋ ਸੁੱਖ ਦਾ ਫੋਨ ਆ ਗਿਆ ਜੇ ਤਾਂ ਚੁੱਕ ਲਾ ਹੈਲੋ ਹੈਲੋ ਹਾਂ ਕਿਦਾਂ ਕਿੱਥੇ ਆ ਤੂੰ ਘਰੇ ਹੀ ਆ ਯਾਰ ਆਪਾਂ ਨਾ ਸੋਨਾ ਵਿੱਚ ਜਾਣਾ ਸੁਨਿਆਰ ਦੁਕਾਨੇ ਚੱਲਾਂਗੇ ਮੇਰੇ ਨਾਲ ਚੱਲ ਠੀਕ ਹੈ ਮੈਂ ਮੋੜ ਤੇ ਉਹਨਾਂ ਤੋਂ ਉੱਥੇ ਆ ਜਾ ਹਾਂ ਚੱਲ ਫਿਰ ਆ ਗਿਆ ਮੈਂ ਤੇਰੇ ਕੋਲ 5 ਮਿੰਟਾਂ ਤੱਕ ਉਹ ਚੱਲ ਆ ਜਾ ਭਰਾ ਛੇਤੀ ਕਰ ਬਾਰ ਮੈਂ ਬੱਬੀ ਤੇ ਜਾਣਾ ਵਾ ਹਾਂ ਹਾਂ ਓਕੇ ਓਕੇ ਆ ਗਿਆ ਆਹੋ ਚੱਲ ਠੀਕ ਹੈ ਫਿਰ ਚੰਗਾ ਮਮਾ ਸੁੱਖ ਦਾ ਫੋਨ ਆਇਆ ਆਂਦਾ ਸੁਨਿਆਰੀ ਦੀ ਦੁਕਾਨ ਤੇ ਜਾਣਾ ਸੋਨਾ ਵੇਚਣ ਤੇ ਚਾਹ ਮੈਂ ਆਣ ਕੇ ਪੀਣਾ ਵੀ ਚੱਲ ਧਿਆਨ ਨਾਲ ਜਾਇਓ ਜੇ ਉਹਦੀ ਮਾਂ ਨੂੰ ਕਿਤੇ ਪਤਾ ਲੱਗ ਗਿਆ ਨਾ ਵੀ ਸੁੱਖ ਇਹਨਾਂ ਦੇ ਘਰ ਬਾਰ ਬਾਰ ਜਾਂਦਾ ਤਾਂ ਉਹਨੇ ਸ਼ੱਕ ਕਰਨਾ ਸਾਡੇ ਤੇ ਚਲੋ ਠੀਕ ਹੈ ਮਮਾ ਤੁਸੀਂ ਟੈਨਸ਼ਨ ਨਾ ਲਓ ਮੈਂ ਛੇਤੀ ਆ ਜਾਣਾ ਮੰਮਾ ਮੈਂ ਆ ਗਿਆ ਜੇ ਇੱਕ ਤੇ ਇਸ ਮੁੰਡੇ ਦੀ ਇਹ ਬੜੀ ਆ ਮਾੜੀ ਆਦਤ ਆ ਬਾਹਰੋਂ ਆਵਾਜ਼ਾਂ ਮਾਰਨ ਡਿਆ ਮੈਂ ਤਾਂ ਅੱਗੇ ਤੇ ਆ ਜਾ ਹਲੋ ਮੰਮਾ ਪਏ ਵੇਚ ਆਇਆ ਸੋਨਾ ਆਹੋ ਕਿੰਨੇ ਦਾ ਵਿਕਿਆ ਮੰਮਾ ਆਪਣਾ ਸੋਨਾ ਨਾ 6 ਲੱਖ ਦਾ ਪੂਰਾ ਵਿਕਿਆ ਜੀ ਤੇ 1 ਲੱਖ ਤੁੜਦਾ ਵਾ ਹੁਣ ਬੈਂਡਾਂ ਵਾਸਤੇ ਤੇ ਪੂਰੇ 7 ਲੱਖ ਦੇ ਨਾ 6 ਬੈਂਡ ਆ ਜਾਣੇ ਆ ਤੇ ਬਾਕੀ ਜਿਹੜੀ ਫਾਈਲ ਤੇ ਪੈਸੇ ਲੱਗਣਗੇ ਉਹ ਵਿਆਜੀ ਕਿਤੋਂ ਚੁੱਕ ਲਾਂਗੇ ਚੱਲ ਠੀਕ ਹੈ ਪੁੱਤ ਜਿੱਦਾਂ ਤੈਨੂੰ ਸਹੀ ਲੱਗਦਾ ਕਰ ਲਾ ਨਾਲੇ ਮੰਮਾ ਤੁਸੀਂ ਕਿਸੇ ਵੀ ਗੱਲ ਦਾ ਨਾ ਕੋਈ ਫਿਕਰ ਨਾ ਕਰਿਓ ਜਦੋਂ ਮੈਂ ਬਾਹਰ ਚੱਲ ਗਿਆ ਨਾ ਸਾਰਿਆਂ ਦੇ ਵਿਆਜ ਸਣੇ ਪੈਸੇ ਮੋੜ ਦਾਂਗੇ ਨਾਲੇ ਆਪਣਾ ਜਿਹੜਾ ਸੋਨਾ ਚ ਵੇਚ ਕੇ ਆਇਆ ਨਾ ਇਹ ਵੀ ਵਾਪਸ ਲੈਵਾਂਗੇ ਚੱਲ ਕੋਈ ਨਹੀਂ ਪੁੱਤ ਜਿਹੜਾ ਵਿਕਣਾ ਸੀ ਵਿਕ ਗਿਆ ਹੁਣ ਬਸ ਤੂੰ ਸੈੱਟ ਹੋ ਗਿਆ ਤਾਂ ਸਾਰਾ ਕੁਝ ਵਿੱਚ ਆ ਜਾਣਾ ਜਾਂ ਤੂੰ ਨਾਲ ਆ ਮੇਰਾ ਪੁੱਤ ਜਾ ਕੇ ਚਲੋ ਫਿਰ ਠੀਕ ਹੈ ਮੰਮਾ ਮੈਂ ਨਾਲ ਲੈਣਾ ਵਾ ਤੁਸੀਂ ਹੁਣ ਚ ਰੋਟੀ ਬਣਾ ਲਓ ਮੈਨੂੰ ਭੁੱਖ ਬਹੁਤ ਲੱਗੀ ਜੀ ਚੱਲ ਠੀਕ ਹੈ ਪੁੱਤ ਮੈਂ ਬਣਾ ਲੈਣੀ ਰੋਟੀ ਉੱਧਰ ਕਮਰੇ 'ਚ ਤੇਰੇ ਕੱਪੜੇ ਪੈ ਜਾ ਕੇ ਨਾ ਲਾ ਮੰਮਾ ਸਬਜ਼ੀ ਕਿਹੜੀ ਬਣਾਈ ਜੀ ਹੁਣ ਦਾ ਪੁੱਤ ਕੀ ਮਤਲਬ ਆ ਸਵੇਰੇ ਤੂੰ ਗੋਭੀ ਦੀ ਸਬਜ਼ੀ ਨਾਲ ਰੋਟੀ ਖਾ ਕੇ ਤੇ ਗਿਆ ਹਾਂ ਹੁਣ ਬਾਰ ਬਾਰ ਪੁੱਤ ਸਬਜ਼ੀ ਥੋੜ੍ਹੀ ਬਣਦੀ ਆ ਉਹ ਮੰਮਾ ਯਾਦ ਭੁੱਲ ਜਾਂਦਾ ਵਾ ਨਾਲੇ ਤੁਸੀਂ ਆ ਪਹਿਲਾਂ ਚੰਗੀ ਤਰ੍ਹਾਂ ਲੋਕਰ 'ਚ ਸਾਂਭ ਕੇ ਰੱਖ ਲਿਓ ਸਵੇਰੇ ਮੈਂ ਏਜੰਟ ਕੋਲ ਜਾਊਂਗਾ ਉਹਨੂੰ ਫੜਾ ਦਾਂਗੇ ਸਾਡੀ ਟੈਨਸ਼ਨ ਮੁੱਕ ਜੂਗੀ ਸਾਰੀ ਚੱਲ ਠੀਕ ਹੈ ਪੁੱਤ ਪਹਿਲਾਂ ਮੈਂ ਇਹਨੂੰ ਸਾਂਭਾਵਾਂ ਸਾਂਭੋ ਸਾਂਭੋ ਫਿਰ